ਘਰੋਂ ਗਰੀਬੀ ਆ, ਲੱਤ ਪੱਟ ਤੋਂ ਟੁੱਟ ਗਈ ਆ, ਪਰ ਪਰਿਵਾਰ ਦੀ ਇੰਨੇ ਹਾਲਾਤ ਨਾਜ਼ੁਕ ਨੇ ਕਿ ਉਹ ਇਲਾਜ ਕਰਾਉਣ ਤੋਂ ਸਮਰਥ ਆ। ਤਿੰਨ ਭੈਣਾਂ ਦਾ ਇਕੱਲਾ ਭਰਾ ਆ, ਤੁਸੀਂ ਲੱਗ ਸਕਦੇ ਬਾਥਰੂਮ ਵਾਲੀ ਪੈਪ ਪਈ ਆ, ਮੰਜੇ ਤੇ ਆ। ਕੀ ਨਾਂ ਆ ਵੀਰ ਦਾ? ਕਿੰਨੇ ਚਿਰ ਤੋਂ ਮੰਜੇ ਤੇ ਆਏ? ਨਵਦੀਪ ਜੀ, 2 ਮਹੀਨੇ ਹੋ ਗਏ ਨੂੰ। ਅਸੀਂ ਘਰ ਬੂਹਾ ਵੇਚਤਾ, ਸਾਰਾ ਕੁਛ ਕਰਤਾ, ਤੇ ਹੁਣ ਇਲਾਜ ਕੋਲੋਂ ਬੈਠੇ ਆ ਜੀ। ਮੋਟਰਸਾਈਕਲ ਜਾਣ ਡਿਆ ਵਿਚਾਰੇ ਦਿਹਾੜੀ ਦਾ ਪੈਨੂੰ, ਤੇ ਵੇਖੋ ਬਈ ਇਲਾਜ ਹੁਣ ਬੱਚਾ ਪਿਆ, ਮੇਰਾ ਘਰ ਵਾਲਾ ਨਹੀਂ ਹੈਗਾ। ਨਹੀਂ ਤੇ ਵੇਖੋ ਬਈ ਇਹਦੀ ਸਹਾਇਤਾ ਹੋਣੀ ਚਾਹੀਦੀ। ਤਿੰਨਾਂ ਭਰਾਵਾਂ ਦਾ, ਭੈਣਾਂ ਦਾ ਭਰਾ ਇਕੱਲਾ ਇਕੱਲਾ ਹੈ, ਇਹਨੇ ਜੋਗੇ ਨਹੀਂ ਹੈਗੇ ਵਿਚਾਰੇ। ਕਰਾਈ ਕਰਕੇ ਚਲੋ ਅਸੀਂ ਇਹਦਾ ਇਲਾਜ ਕਰਾਇਆ ਵਾ, ਹੁਣ ਇਲਾਜ ਕੋਲੋਂ ਪਿਆ ਵਿਚਾਰਾ, ਤੇ ਵੀ ਇਹਦਾ ਵੀ ਸੁਣਾਈ ਹੋਣੀ ਚਾਹੀਦੀ। ਚਲੋ ਬਈ ਗਰੀਬ ਅਸੀਂ। ਕਿੰਨਾ ਕੁ ਇਲਾਜ ਕਰਾ ਲਿਆ ਤਾਂ? ਇਲਾਜ ਤਾਂ ਵੇਖੋ ਜੀ ਗਰਾਈ ਕਰਕੇ ਕਰਾਇਆ, ਇਲਾਜ ਕਿੱਥੋਂ ਕਰਾਉਣਾ ਗਰੀਬਾਂ ਘਰਾਂ ਦੇ ਵਿੱਚ। ਹੁਣ ਕਿੰਨਾ ਕੁ ਖਰਚਾ ਦੱਸਦੇ? ਹੁਣ ਖਰਚਾ 1,00,000 ਰੁਪਈਆ ਦੱਸਣ ਡਿਆ, 1,00,000 ਰੁਪਈਆ ਕਿੱਥੋਂ ਆਉਣਾ? ਆਪਾਂ ਇਹੋ ਅਪੀਲ ਕਰਦੇ ਆ ਵੀ ਜਿਹੜੇ NRI ਵੀਰ ਇਹ ਵੀਡੀਓ ਨੂੰ ਵੇਖ ਰਹੇ ਆ, ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਇਹ ਵੀਰ ਦਾ ਇਲਾਜ ਕਰਾ ਦਿਓ। ਚਲੋ ਆਪਦੇ ਹੱਥਾਂ ਪੈਰਾਂ ਨਾਲ ਕਮਾਉਣ ਜੋਗਾ ਹੋ ਜੇ। ਤਾਂ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਬੁਰਜ ਰਾਏ ਦੇ ਵਿੱਚ ਪਹੁੰਚੇ ਹਾਂ, ਇੱਕ ਗਰੀਬ ਪਰਿਵਾਰ ਦੇ ਘਰ ਪਹੁੰਚੇ ਹਾਂ। ਇੱਕ ਬੱਚਾ ਹੈ ਜਿਹਦਾ ਅੱਜ ਤੋਂ 2 ਮਹੀਨੇ ਪਹਿਲਾਂ ਕਿਸੇ ਕਾਰਨ ਕੋਈ ਮੋਟਰਸਾਈਕਲ 'ਤੇ ਐਕਸੀਡੈਂਟ ਹੋ ਗਿਆ ਸੀ, ਪਰ ਇੱਕ ਵੀਰ ਦੀ ਡੈਥ ਹੋ ਗਈ ਅਤੇ ਦੂਜਾ ਵੀਰ ਮੰਜੀ 'ਤੇ ਆ। ਤੁਸੀਂ ਵੇਖ ਸਕਦੇ ਜੇ ਘਰੋਂ ਗਰੀਬੀ ਆ, ਲੱਤ ਪੱਟ ਤੋਂ ਟੁੱਟ ਗਈ ਆ, ਪਰ ਪਰਿਵਾਰ ਦੀ ਇੰਨੇ ਹਾਲਾਤ ਨਾਜ਼ੁਕ ਨੇ ਕਿ ਉਹ ਇਲਾਜ ਕਰਾਉਣ ਤੋਂ ਸਮਰਥ ਆ। ਤਿੰਨ ਭੈਣਾਂ ਦਾ ਇਕੱਲਾ ਭਰਾ ਆ, ਤੁਸੀਂ ਲੱਗ ਸਕਦੇ ਬਾਥਰੂਮ ਵਾਲੀ ਪੈਪ ਪਈ ਆ, ਮੰਜੇ 'ਤੇ ਆ, ਉੱਠ ਨਹੀਂ ਸਕਦਾ। ਮਾਤਾ ਉਹਦੀ ਵੈਸੇ ਵੀ ਸਿਰ 'ਤੇ ਨਹੀਂ ਆ, ਪਿਤਾ ਗਰੀਬ ਆ, ਇਲਾਜ ਕਰਾਉਣ ਦਾ ਸਮਰਥ ਆ, ਅਤੇ ਉਸਦੇ ਤਾਇਆ ਤਾਈ ਆਪਣੇ ਘਰ ਰੱਖ ਕੇ ਉਹਦਾ ਇਲਾਜ ਕਰਵਾ ਰਹੇ ਆ। ਪਿੰਡ ਦੇ ਵਿੱਚੋਂ ਗ੍ਰਾਹੀ ਵੀ ਕੀਤੀ ਸੀ, ਪਰ ਉਹ ਇਲਾਜ ਜ਼ਿਆਦਾ ਮਹਿੰਗਾ ਹੋਣ ਕਾਰਨ ਕਿ ਇਲਾਜ ਤੋਂ ਸਮਰਥ ਆ। NRI ਵੀਰਾਂ ਤੋਂ ਅਤੇ ਹੋਰ ਸਿੱਖ ਸੰਸਥਾਵਾਂ ਤੋਂ ਮਦਦ ਦੀ ਅਪੀਲ ਕਰ ਰਹੇ ਨੇ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ, ਉਹਨਾਂ ਦੀ ਪਿਤਾ ਜੀ ਨਾਲ ਸਾਡੇ ਮੌਜੂਦ ਆ। ਕੀ ਨਾਂ ਭਾਅ ਜੀ ਤੁਹਾਡਾ ਅਤੇ ਕਿਹੜਾ ਹੈ ਪਿੰਡ ਆ? ਗੁਰਦੇਵ ਸਿੰਘ ਜੀ, ਬੁਰਜਰਾ ਦਾ। ਇਹ ਕੀ ਨਾਂ ਆ ਵੀਰ ਦਾ ਅਤੇ ਕਿੰਨੇ ਚਿਰ ਤੋਂ ਮੰਜੇ ਤੇ ਆਏ? ਨਵਦੀਪ ਜੀ, 2 ਮਹੀਨੇ ਹੋ ਗਏ ਨੂੰ। ਅਸੀਂ ਘਰ ਬੂਹਾ ਵੇਚਤਾ, ਸਾਰਾ ਕੁਛ ਕਰਤਾ, ਤੇ ਹੁਣ ਇਲਾਜ ਕੋਲੋਂ ਬੈਠੇ ਹਾਂ ਜੀ। ਹਾਂਜੀ, ਹੁਣ ਕੀ NRI ਵੀਰਾਂ ਨੂੰ ਜਾਂ ਜਿਹੜੇ ਗਰੀਬਾਂ ਦੀ ਮਦਦ ਕਰਦੇ ਜੇ ਕੀ ਅਪੀਲ ਕਰਨੀ ਚਾਹੁੰਦੇ ਜੇ, ਕੀ ਤੁਹਾਡੀ ਮਦਦ ਹੋਣੀ ਚਾਹੀਦੀ ਆ? ਮਦਦ ਤੋਂ ਕਰੋ ਜੀ, ਤੁਸੀਂ ਗਰੀਬ ਆਦਮੀ ਆ, ਮੈਂ 3 ਲੜਕੀਆਂ ਮੇਰੀਆਂ ਅਤੇ ਘਰ ਦੀ ਗੁਜ਼ਰੀ ਆ, 3 ਲੜਕੀਆਂ ਵਾ, ਹੁਣ ਬੱਚਾ ਇਕੱਲਾ ਇਕੱਲਾ ਹੈ ਮੇਰਾ, ਜੋ ਤੁਸੀਂ ਕਰ ਸਕਦੇ ਜੋ। ਕੀ ਹੋਇਆ, ਕੀ ਇਹਨਾਂ ਨੂੰ? ਐਕਸੀਡੈਂਟ ਹੋਇਆ ਜੀ, ਪੱਟੀ ਨੂੰ ਜਾਣ ਡਏ। ਹਾਂਜੀ, ਤੇ ਵੀਰ ਨਾਲ ਵੀ ਆਪਾਂ ਗੱਲ ਕਰਦੇ ਹਾਂ। ਵੀਰ ਕੀ ਨਾਂ ਆ ਤੇ ਕਿੰਨੇ ਚਿਰ ਤੋਂ ਮੰਜੇ ਤੇ, ਕੀ ਹੋਇਆ ਸੀ, ਸਾਰੀ ਗੱਲ ਦੱਸੀ। ਕੀ ਗੱਲ ਹੋਈ? ਐਕਸੀਡੈਂਟ ਹੋ ਗਿਆ ਹੈ। ਅੱਛਾ, ਹਾਂਜੀ। ਤੁਸੀਂ ਵੇਖ ਸਕਦੇ ਜੇ ਵੀਰ ਵੀ ਮੰਜੇ ਤੇ ਆ, ਉਹਨਾਂ ਦੇ ਨਾਲ ਤਾਈ ਜੀ ਆ, ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਕਿ ਕੀ ਨਾਂ ਆ ਭੈਣ ਜੀ ਤੁਹਾਡਾ ਤੇ ਕੀ ਹੋਇਆ ਵੀਰ ਨੂੰ? ਦੇਖੋ ਜੀ, ਮੇਰਾ ਨਾਂ ਕੁਲਵੰਤ ਕੌਰ ਨਾਂ ਮੇਰਾ, ਇਹਦੀ ਮਾਂ ਦੀ ਡੈਥ ਹੋਈ, ਮੇਰਾ ਰਮਾਸਾ ਜਿਹਨਾਂ ਰਹਿੰਦਾ ਸੀ। ਮੋਟਰਸਾਈਕਲ ਜਾਣ ਡਿਆ ਵਿਚਾਰੇ ਦਿਹਾੜੀ ਦਾ ਪੈਨੂੰ, ਤੇ ਵੇਖੋ ਬਈ ਇਲਾਜ ਹੁਣ ਬੱਚਾ ਪਿਆ, ਮੇਰਾ ਘਰ ਵਾਲਾ ਨਹੀਂ ਹੈਗਾ। ਤੁਹਾਡਾ ਵੀ ਘਰ ਵਾਲਾ ਨਹੀਂ ਹੈਗਾ? ਨਹੀਂ। ਤੇ ਵੇਖੋ ਬਈ ਇਹਦੀ ਸਹਾਇਤਾ ਹੋਣੀ ਚਾਹੀਦੀ। 3 ਭਰਾਵਾਂ ਦਾ, ਭੈਣਾਂ ਦਾ ਭਰਾ ਇਕੱਲਾ ਇਕੱਲਾ ਹੈ। ਤੁਹਾਡਾ ਕੀ ਲੱਗਦਾ ਹੈ? ਮੇਰਾ ਲੱਗਦਾ ਆਪਣੇ ਆਪ ਲੱਗਦਾ ਮੇਰਾ ਜੀ। ਅੱਛਾ ਜੀ, ਹਾਂਜੀ। ਤੇ ਇਲਾਜ ਖੁਣਾ ਪਿਆ ਵਾ, ਵੇਖੋ ਬਈ ਮੇਰੇ ਬੱਚੇ ਵੀ ਨਿੱਕੇ ਆ, ਇੰਨੇ ਜੋਗੇ ਨਹੀਂ ਹੈਗੇ ਵਿਚਾਰੇ। ਗ੍ਰਾਹੀ ਕਰਕੇ ਚਲੋ ਅਸੀਂ ਇਹਦਾ ਇਲਾਜ ਕਰਾਇਆ ਵਾ, ਹੁਣ ਇਲਾਜ ਖੁਣਾ ਪਿਆ ਵਿਚਾਰਾ, ਤੇ ਵੀ ਇਹਦਾ ਵੀ ਸੁਣਾਈ ਹੋਣੀ ਚਾਹੀਦੀ। ਚਲੋ ਬਈ ਗਰੀਬ ਅਸੀਂ। ਕਿੰਨਾ ਕੁ ਇਲਾਜ ਕਰਾ ਲਿਆ ਤਾਂ? ਇਲਾਜ ਤਾਂ ਵੇਖੋ ਜੀ ਗ੍ਰਾਹੀ ਕਰਕੇ ਕਰਾਇਆ, ਇਲਾਜ ਕਿੱਥੋਂ ਕਰਾਉਣਾ ਗਰੀਬਾਂ ਘਰਾਂ ਦੇ ਵਿੱਚ। ਹੁਣ ਕਿੰਨਾ ਕੁ ਖਰਚਾ ਦੱਸਦੇ ਜੀ? ਹੁਣ ਖਰਚਾ 1,00,000 ਰੁਪਈਆ ਦੱਸਣ ਡਿਆ, 1,00,000 ਰੁਪਈਆ ਕਿੱਥੋਂ ਆਉਣਾ? ਵੇਖੋ ਬਈ ਸਾਡੀ ਸੁਣਾਈ ਹੋਣੀ ਚਾਹੀਦੀ। ਅਸੀਂ ਆਪਣੇ ਦਰਸ਼ਕਾਂ ਨੂੰ ਆਪਣੇ ਮਾਧਵ ਰਾਏ ਅਪੀਲ ਕਰਾਂਗੇ ਕਿ 1,00,000 ਰੁਪਈਆ ਇੱਕ ਗਰੀਬ ਘਰ ਵਿੱਚ ਲਿਆਉਣਾ ਬੜਾ ਔਖਾ ਹੁੰਦਾ ਹੈ। ਜਿਹੜਾ ਦਿਹਾੜੀ ਲਾ ਕੇ ਆਪਣੇ ਘਰ ਦਾ ਰੋਟੀ ਪਾਣੀ ਦਾ ਗੁਜ਼ਾਰਾ ਕਰਦੇ ਆ, ਤਿੰਨਾਂ ਭੈਣਾਂ ਦਾ ਇਕੱਲਾ ਭਰਾ ਆ, ਸਿਰ 'ਤੇ ਮਾਂ ਨਹੀਂ ਹੈ, ਅਤੇ
ताई सांभ रही आ साढ़े ना पिंड वासी भी मौजूद ने उन्होंने भी आप गलबात करते हैं कि भाज की नाँ ता के पिंड आ। वाहेगुरु जी का खालसा वाहेगुरु जी की फतेह। मेरा नाम सरवण सिंह आ, मेरा पिंड बुरज राय के आ, ये मेरे गुआढ़ का रहा मेरा वीर। तो बड़े चिर तो मतलब शुरू तो वेंदे आने भी वैसे बहुत गरीब परिवार आ। तो ये मुंडा ना कोई अपने निजी काम वास्ते गया ही पट्टी, सानू लागे एक कस्बा पट्टी शहर पैंदा, तो उत्थे इन्हां दा वीर जी एक्सीडेंट हो गया। एक्सीडेंट होने कारण एक मुंडे की डैथ हो गई ही थां ते ही। तो ये मुंडे का इलाज ही जिहड़ा कराया मतलब पिंड चों ग्राही करके ना ग्राही, चलो नगर की बड़ी शाबाशे आ, बहुत साढ़े नगर के लोग चंगे आ, जिनी जोगे ही जिनी समर्था ही जिदी उस हिसाब ना कहे तो 100, 50, 500, 1000 तो ग्राही करके जिन्ना इलाज हो गया वह तो करा लिया। हुण जिहड़ा मतलब अजे डॉक्टर ने दस्या भी 1-1.25 लाख रुपया होर लगता, तो उहदी समर्था इस परिवार को है नहीं आ। तो ज़्यादा हालात खराब आए, बेचारा शुरू तो ही बड़ा दुख वेदा ही आया। तो आप यो अपील करते हैं भी जेडे NRI वीर इस वीडियो में वेख रहे उन्हें अगे हाथ जोड़ के बेनती है भी इस वीर का इलाज करा दो, चलो आपके हाथों पैर कमाउन जोगा हो जाए। वाहेगुरू जी का खालसा वाहेगुरू जी की फतेह। असी अपने माध्यम राय NRI वीर अपील करा तो उस संतावान जड़े अपने को गरीबा का इलाज करवाते हैं, तुसी इन्हों का खाता नंबर बैंक का भी अपनी स्क्रीन पर वेख सकते जे, इस परिवार का मोबाइल नंबर भी तुहाडे नाल शेयर करांगे। इस परिवार की इस वीर की वध तो वध मदद हो सके ता जो उन्हां भैणा की तिना भैणा की रखड़ी जी सलामत रहे। तुसी देखते रहो पंजाब न्यूज़, मैं हाँ जसवीर सिंह शीना, तरन तारण।